ਬਿਸਮਿਲ੍ਲਾਹਿਰ੍ਰਹ੍ਮਾਨਿਰ੍ਰਹੀਮ ਅਸਲਾਮ ਅਲੈਕੁਮ ਮਾਈ ਯੂਟਿਊਬ ਫੈਮਿਲੀ, ਅੱਲਾਹ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਹੱਸਦੀਆਂ ਰਹੋ, ਮੇਰੀਆਂ ਭੈਣਾਂ 'ਤੇ ਵਸਦੀਆਂ ਰਹੋ, ਆਪਣੇ ਬੱਚਿਆਂ ਨਾਲ ਮੌਜਾਂ ਮਾਣੋ ਅਤੇ ਰਹਿਮਤ ਦਾ ਸਾਇਆ ਮੇਰਾ ਸੋਨਾ ਰੱਬ ਕਰੀਮ ਤੁਹਾਡੇ ਉੱਤੇ ਬਣਾ ਕੇ ਰੱਖੇ ਅਤੇ ਰੱਬ ਆਪਣੀ ਤਮਾਮ ਖਾਸ ਦੀਨਾਂ ਦੇ ਹਸਰ ਤੋਂ ਤੁਹਾਨੂੰ ਬਚਾਏ ਅਤੇ ਬੁਰੀ ਨਜ਼ਰ ਤੋਂ ਵੇਲਾ ਸੋਨਾ ਬਚਾ ਕੇ ਰੱਖੇ। ਅੱਜ ਦੀ ਵੀਡੀਓ ਦਾ ਆਗਾਜ਼ ਕਰਦੇ ਹਾਂ ਖੂਬਸੂਰਤ ਕੁਲੈਕਸ਼ਨ ਔਰ ਖੂਬਸੂਰਤ ਮਾਡਰਨ ਫੈਸ਼ਨ ਟਰੈਂਡੀ ਸਟਾਈਲਿਸ਼ ਡਰੈਸਿਸ ਦੇ ਨਾਲ। ਇਹ ਡਰੈਸਿਸ ਖਾਸ ਤੌਰ 'ਤੇ ਤਰਤੀਬ ਦਿੱਤੇ ਗਏ ਨੇ ਆਲ ਓਵਰ ਡਿਜ਼ਾਇਨ ਵਿੱਚ, ਔਰ ਆਲ ਓਵਰ ਡਿਜ਼ਾਇਨ ਉਹ ਨੇ ਕਿ ਜਿਹੜੇ ਅਸੀਂ ਖਰੀਦ ਕੇ ਲਿਆਉਂਦੇ ਹਾਂ ਆਪਣਾ ਲਿਬਾਸ, ਆਪਣਾ ਡਰੈਸਿਸ, ਆਪਣੇ ਕੱਪੜੇ ਅਸੀਂ ਬੜੇ ਸ਼ੌਕ ਨਾਲ ਲੈ ਕੇ ਆਉਂਦੇ ਹਾਂ ਅਤੇ ਅਸੀਂ ਆਉਂਦੇ ਚਲੋ ਹੁਣ ਇਹਨਾਂ ਨੂੰ ਸਿਲਾਈ ਕਰੋ ਜਾਂ ਕਰਵਾਓ ਅਤੇ ਚਲੋ ਸਟਿਚ ਕਰੋ ਜਾਂ ਕਰਵਾਓ ਅਤੇ ਕਿਸ ਤਰ੍ਹਾਂ ਦੇ। ਇਹੀ ਵੱਡਾ ਮਸਲਾ ਸਭ ਨੂੰ ਦਰਪੇਸ਼ ਆਉਂਦਾ। ਇਸ ਮਸਲੇ ਨੂੰ ਦਰਪੇਸ਼ ਰੱਖਦਿਆਂ ਹੋਇਆ ਆਲ ਓਵਰ ਡਿਜ਼ਾਇਨ ਨੂੰ ਅਸੀਂ ਹੁਣ ਕਿਸ ਤਰ੍ਹਾਂ ਸਿਲਾਈ ਕਰਨਾ, ਕਿਉਂਕਿ ਇਹ ਤਾਂ ਹੁੰਦਾ ਹੀ ਸਿੰਪਲ, ਇਹ ਸਾਡੇ ਹੁੰਦਾ ਇੱਕੋ ਜਿਹਾ ਸਾਰਾ ਤਰਤੀਬ ਦਿੱਤਾ ਗਿਆ ਹੁੰਦਾ। ਇਸ ਵਾਸਤੇ ਅਸੀਂ ਇਹਦੇ ਵਾਸਤੇ ਕਰਨੇ ਇਸ ਤਰ੍ਹਾਂ ਵਾਂ ਕਿ ਮਤਲਬ ਆਲ ਓਵਰ ਤੋਂ ਹਟ ਕੇ ਜਿਹੜੇ ਥ੍ਰੀ ਪੀਸ ਜਾਂ ਉਹਨਾਂ ਦੇ ਗਲੇ ਬਣੇ ਹੁੰਦੇ ਨੇ ਉਹਨਾਂ ਦੇ ਉੱਤੇ ਮਤਲਬ ਇੰਬਰਾਇਡਰੀ ਕੀਤੀ ਗਈ ਹੁੰਦੀ ਹੈ, ਉਹ ਮਸਲਾ ਹੀ ਕੋਈ ਨਹੀਂ ਹੁੰਦਾ ਸਟਿਚ ਕਰਨ ਦਾ। ਇਹਨਾਂ ਨੂੰ ਅਸੀਂ ਥੋੜ੍ਹੀ ਬਹੁਤ ਹੀ ਮਤਲਬ ਇਹਨਾਂ ਦੀ ਸਿੰਪਲ ਨੂੰ ਖਤਮ ਕਰਨ ਵਾਸਤੇ ਔਰ ਇਹਦੇ ਡਿਜ਼ਾਇਨਿੰਗ ਤਰਤੀਬ ਦੇਣ ਵਾਸਤੇ ਇਹ ਮੱਦੇਨਜ਼ਰ ਰੱਖਦਿਆਂ ਹੋਇਆ ਹੀ ਅੱਜ ਦੀ ਵੀਡੀਓ ਅਸੀਂ ਤਰਤੀਬ ਦਿੱਤੀ ਹੈ। ਖਾਸ ਤੌਰ 'ਤੇ ਵੇਖੋ ਕਿੰਨੇ ਹੀ ਖੂਬਸੂਰਤ ਇਹਨਾਂ ਦੇ ਸਟਾਈਲ ਨੇ, ਕਿੰਨੇ ਆਈਡੀਆਜ਼ ਨੇ ਇਹਨਾਂ ਨੂੰ ਆਲ ਓਵਰ ਨੇ ਤਰਤੀਬ ਦੇਣ ਵਾਸਤੇ, ਇਹਨਾਂ ਨੂੰ ਸਟਿਚ ਕਰਵਾਉਣ ਵਾਸਤੇ, ਅਤੇ ਕੋਈ ਮਸਲਾ ਹੀ ਨਹੀਂ। ਇਹ ਹੋਇਆ ਨਾ ਆਪਾਂ ਹੈ ਜੁਮਾ ਤੁਹਾਡੇ ਮਸਲੇ ਹੱਲ ਕਰਨ ਵਾਸਤੇ, ਅਤੇ ਅਸੀਂ ਆ ਗਏ ਹਾਂ ਲੈ ਕੇ ਅੱਜ ਫਿਰ ਇੱਕ ਨਵੀਂ ਵੀਡੀਓ ਆਪਣੀ 1:30 ਦੇ ਵੀਡੀਓ ਆ ਜਾਂਦੀ ਹੈ, ਜਿੰਨੀ ਕੁ ਤੁਸੀਂ ਆਪਣਾ ਵੇਖ ਕੇ ਅਤੇ ਆਪਣੇ ਖੂਬਸੂਰਤ ਬੱਚਿਆਂ ਵਾਸਤੇ ਖੂਬਸੂਰਤ ਆਪਣੇ ਡਰੈਸਿਸ ਜਿਹੜੇ ਤਰਤੀਬ ਦੇ ਸਕਦੇ ਹੋ, ਬਣਾ ਸਕਦੇ ਹੋ। ਇਹ ਵੀਡੀਓ ਵੇਖਣ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਇਸ ਤੋਂ ਬਾਅਦ ਵੀ ਕੋਈ ਹੋਰ ਵੀਡੀਓ ਵੇਖਣ ਦੀ ਜ਼ਰੂਰਤ ਪੇਸ਼ ਰਹਿ ਜਾਣੀ ਹੈ, ਕਿਉਂਕਿ ਇਹ ਵੀਡੀਓ 141 ਯਾਨੀ 141 ਜਾਂ 42 ਤਕਰੀਬਨ ਕਮ ਬੇਸ਼ਾ 141 ਜਾਂ 42 ਇੰਨੇ ਹੀ ਮੈਂ ਇਮੇਜ ਰੱਖੇ ਨੇ, ਫੋਟੋ ਰੱਖੀਆਂ ਨੇ, ਡਰੈਸਿਸ ਰੱਖੇ ਨੇ, ਅਤੇ ਤੁਸੀਂ 140 ਜਾਂ 141 ਨੇ ਤੁਸੀਂ ਦੱਸਿਓ ਹੋਣ, ਤੁਸੀਂ ਇਹਨਾਂ ਨੂੰ ਕਾਊਂਟ 'ਤੇ ਕਰਦੇ ਜਾਵੋ ਨਾਲ ਨਾਲ ਜ਼ਰਾ ਵੀ, ਅਤੇ ਫਿਰ ਕਮੈਂਟਸ 'ਚ ਆਵੋ ਨਾ ਅਤੇ ਮੈਨੂੰ ਦੱਸੋ ਕਿ ਤੁਸੀਂ ਕਿੰਨੇ ਗਿਣੇ ਨੇ ਜੀ, ਕਿੰਨੇ ਤੁਹਾਡੇ ਕਾਊਂਟ ਹੋਏ ਨੇ, ਫਿਰ ਮੈਨੂੰ ਪਤਾ ਚੱਲੇਗਾ ਕਿ ਤੁਸੀਂ ਵੀਡੀਓ ਧਿਆਨ ਨਾਲ ਕਿੰਨੇ ਕੁ ਵੇਖ ਰਹੇ ਹੋ, ਔਰ ਨਾਲੇ ਤੁਸੀਂ ਕਾਊਂਟ ਕਰਕੇ ਦੱਸੋ ਕਿ ਬਾਕੀ ਇੰਨੇ ਹੈ ਨੇ ਡਰੈਸਿਸ ਜਿਹੜੇ ਮੈਂ ਤਾਂ ਦੱਸ ਰਹੀ ਹਾਂ, ਇੰਨੇ ਮੈਂ ਡਰੈਸਿਸ ਲਾਏ ਨੇ ਇੱਥੇ ਡਿਜ਼ਾਇਨ ਵਾਸਤੇ। ਜਦੋਂ 141 ਜਾਂ 142 ਡਰੈਸਿਸ ਲਾਏ ਹੋਣ ਅਤੇ 100-150 ਤਕਰੀਬ ਡਿਜ਼ਾਇਨ ਹੈ, ਅਤੇ ਫਿਰ ਤੁਹਾਨੂੰ ਕਿਸ ਤਰ੍ਹਾਂ ਹੋਰ ਵੀਡੀਓ ਵੇਖਣ ਜ਼ਰੂਰਤ ਪੇਸ਼ ਆ ਸਕਦੀ ਹੈ। ਠੀਕ ਹੈ, ਵੇਖੋ, ਤੁਹਾਡਾ ਹੱਕ ਬਣਦਾ, ਯੂਟਿਊਬ ਖੋਲੋ, ਕੋਈ ਮਸਲਾ ਨਹੀਂ ਹੈ, ਲੇਕਿਨ ਅਸੀਂ ਵੀ 1 ਤੋਂ ਬਾਅਦ 1 ਡਿਜ਼ਾਇਨ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਬੜੀ ਮਗਜ਼ਮਾਰੀ ਕਰਕੇ ਡਿਜ਼ਾਇਨ ਜਿਹੜੇ ਤਰਤੀਬ ਦਿੱਤੇ ਨੇ। ਠੀਕ ਹੈ, ਤਾਂ ਤੁਸੀਂ ਇਹਨਾਂ ਨੂੰ ਮਤਲਬ ਬਿਹਤਰੀਨ ਕਰਕੇ ਕਰ ਸਕਦੇ ਹੋ। ਖਾਸ ਤੌਰ 'ਤੇ ਆਲ ਓਵਰ ਡਿਜ਼ਾਇਨ ਜਿਹੜੇ ਨੇ ਲੜਕੀਆਂ ਹੀ ਪਸੰਦ ਕਰਦੀਆਂ, ਬੱਚੀਆਂ ਅੱਜ ਕੱਲ੍ਹ ਦੀਆਂ ਤਰਜੀਹ ਦਿੰਦੀਆਂ ਨੇ ਆਲ ਓਵਰ ਡਿਜ਼ਾਇਨ ਨੂੰ ਜ਼ਿਆਦਾ ਪਸੰਦ ਕਰਦੀਆਂ ਨੇ ਕਿ ਇਹੀ ਅਸੀਂ ਖਰੀਦੀਏ, ਟਰੈਂਡ ਜਿਹੜਾ ਫੈਸ਼ਨ ਜੇ ਅੱਜ ਕੱਲ੍ਹ ਆਇਆ ਜੇ। ਲੇਕਿਨ ਇਹ ਤੁਹਾਨੂੰ ਇੱਕ ਇਨਫੋਰਮੇਸ਼ਨ ਹੀ ਹੈ, ਇੱਕ ਇਨਫੋਰਮ ਕਰਾਂ ਕਿ ਮਾਲੂਮਾਤ ਵਿੱਚ ਇਜ਼ਾਫਾ ਕਰਦਿਆਂ ਤੁਹਾਡੀ, ਇਹ ਕੋਈ ਅੱਜ ਦਾ ਨਹੀਂ ਜੇ ਇਹ ਫੈਸ਼ਨ, ਇਹ ਬੜਾ ਪੁਰਾਣਾ ਫੈਸ਼ਨ ਜੇ, ਲੇਕਿਨ ਇਹ ਕੁਛ ਸਾਲਾਂ ਵਾਸਤੇ ਇਹ ਫੈਸ਼ਨ ਨੂੰ ਬਾਏ ਬਾਏ ਟਾਈਟਾਈ ਕਰ ਦਿੱਤਾ ਗਿਆ ਸੀ, ਇਹਨੂੰ ਖਤਮ ਕਰ ਦਿੱਤਾ ਗਿਆ ਸੀ, ਅਤੇ ਫਿਰ ਇਹ ਬੜੇ ਜ਼ੋਰ ਸ਼ੋਰ ਨਾਲ ਉੱਭਰ ਕੇ ਵਾਪਸ ਆ ਗਿਆ ਆਪਣਾ ਇਹ ਡਿਜ਼ਾਇਨ ਜਿਹੜਾ ਆਲ ਓਵਰ ਦਾ ਜ਼ਮਾਨਾ ਜਿਹੜਾ ਨਾ ਇਹ ਵਾਪਸ ਬੜੀ ਸ਼ਿੱਦਤ ਨਾਲ ਆਇਆ ਵੇ, ਅਤੇ ਇੰਨੀ ਹੀ ਸ਼ਿੱਦਤ ਨਾਲ ਪਸੰਦ ਕੀਤੇ ਜਾ ਰਹੇ ਨੇ ਆਲ ਓਵਰ ਡਰੈਸਿਸ ਜਿਹੜੀ ਕਿ ਪ੍ਰਿੰਟਿਡ ਡਰੈਸਿਸ, ਸ਼ਲਵਾਰ ਕਮੀਜ਼ ਇੱਕ ਜੈਸੀ। ਮੇਰਾ ਕਹਿਣ ਦਾ ਮਕਸਦ ਇਹ ਵੇ, ਪਹਿਲਾਂ ਵਕਤਾਂ ਵਿੱਚ ਸ਼ਲਵਾਰ ਕਮੀਜ਼ ਇੱਕ ਜੈਸੀ ਹੀ ਬੜੀ ਖੂਬਸੂਰਤ ਲੱਗਦੀ ਸੀ ਅਤੇ ਪਹਿਨੇ ਜਾਂਦੇ ਸਨ, ਲੇਕਿਨ ਫਿਰ ਛੱਡ ਦਿੱਤੇ ਸਨ, ਸਿੰਪਲ ਸ਼ਲਵਾਰਾਂ ਆ ਗਈਆਂ ਅਤੇ ਡਿਜ਼ਾਇਨਿੰਗ ਕਰਕੇ ਅਤੇ ਫਿਰ ਡਿਜ਼ਾਇਨ ਕੁਛ ਬਣਾਏ ਜਾਂਦੇ ਸਨ।
ਹੁਣ ਇਹ ਡਿਜ਼ਾਇਨ ਜਿਹੜੇ ਨੇ ਵਾਪਸ ਆ ਗਏ ਨੇ ਅਤੇ ਬੜੇ ਹੀ ਖੂਬਸੂਰਤ ਲੱਗਦੇ ਜੀ। ਅਤੇ ਹਰ ਬ੍ਰਾਂਡ 'ਚ ਕੋਸ਼ਿਸ਼ ਕੀਤੀ ਜਾ ਰਹੀ ਆਲ ਓਵਰ ਪ੍ਰਿੰਟਿਡ ਸੂਟ ਅਤੇ ਇਹ ਤਰਤੀਬ ਦਿੱਤੇ ਜਾਣ, ਸ਼ਲਵਾਰ ਕਮੀਜ਼ ਇੱਕ ਜੈਸੀ ਹੋਏ ਅਤੇ ਤਕਰੀਬਨ ਹਰ ਘਰ ਵਿੱਚ ਹੀ ਆ ਚੱਲ ਰਹੇ ਨੇ। ਅਤੇ ਇਹਦੇ ਵਾਸਤੇ ਸ਼ਫੂਨ, ਆਰਗੈਂਜ਼ਾ, ਰਿਬਨ, ਪਾਈਪਿੰਗ, ਡੋਰੀ ਔਰ ਅਰੇ ਪੱਟੀ ਔਰ ਪਲੇਟਸ ਡਾਲੇ ਜਾ ਰਹੇ ਨੇ, ਕਈ ਦੇ ਮਤਲਬ ਫੀਤੇ ਲਗਾਏ ਜਾ ਰਹੇ ਨੇ ਔਰ ਸੀੜੀ ਲੈਸ ਲਗਾਈ ਜਾ ਰਹੀ ਹੈ ਔਰ ਸ਼ਿਟਰ ਲੈਸ ਲਗਾਈ ਜਾ ਰਹੀ ਹੈ, ਆਰਗੈਂਜ਼ਾ ਦਾ ਇਸਤੇਮਾਲ ਕੀਤਾ ਜਾ ਰਿਹਾ ਵੇ, ਲੂਪ ਇਸਤੇਮਾਲ ਕੀਤੇ ਜਾ ਰਹੇ, ਟ੍ਰਾਈਐਂਗਲ ਕੱਪੜੇ ਦੇ ਮਤਲਬ ਚੌਕਾਂ ਦੇ ਡਿਜ਼ਾਇਨ, ਖੁਦ ਇਹ ਮਕਸਦ ਸਾਰੇ ਇਹੀ ਨੇ ਕਿ ਆਪਣੇ ਡਰੈਸਿਸ ਨੂੰ ਇੱਕ ਤੋਂ ਵੱਧ ਇੱਕ ਜਿਹੜਾ ਕਹਿੰਦਾ ਕਿ ਲੈ ਕੇ ਆਵੀਏ, ਬਸ ਡਰੈਸਾਂ ਨੂੰ ਡਰੈਸਿਸ ਪਹਿਨਣੀ ਬਣਾਈਏ ਕਿ ਪਹਿਨੇ ਨੂੰ ਚਾਰ ਚਾਂਦ ਲੱਗ ਜਾਣ ਔਰ ਕੋਈ ਆਪਣਾ ਡਰੈਸਿਸ ਦੇ ਇਸ ਤਰ੍ਹਾਂ ਦਾ ਤਿਆਰ ਕਰੀਏ ਕਿ ਕਿਸੇ ਦਾ ਹੋਰ ਪੂਰੇ ਇਰਦ ਗਿਰਦ ਕਿਸੇ ਦਾ ਐਸਾ ਵੈਸਾ ਡਿਜ਼ਾਇਨ ਹੋਵੇ ਹੀ ਨਾ। ਅਤੇ ਐਸੇ ਚੀਜ਼ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਇਹ ਕੁਛ ਡਿਜ਼ਾਇਨ ਜਿਹੜੇ ਇੰਡੀਅਨ ਡਿਜ਼ਾਇਨ ਨੇ, ਇੰਡੀਅਨ ਡਰੈਸਿਸ ਨੇ ਔਰ ਕੁਛ ਪਾਕਿਸਤਾਨੀ ਡਰੈਸਿਸ ਨੇ, ਦੋਵਾਂ ਨੂੰ ਕੰਬੀਨ ਇੰਡੀਅਨ ਔਰ ਪਾਕਿਸਤਾਨੀ ਮਿਕਸ ਨੇ ਡਿਜ਼ਾਇਨ ਔਰ ਮਿਕਸ ਸਟਿਚਿੰਗ ਹੈ। ਅਤੇ ਆਪਣੇ ਮਾਹੌਲ ਦੇ ਮੁਤਾਬਕ ਔਰ ਆਪਣੇ ਮਤਲਬ ਆਪਣੀ ਚੁਆਇਸ ਔਰ ਸਿਲੈਕਸ਼ਨ ਦੇ ਲਿਹਾਜ਼ ਨਾਲ ਤੁਸੀਂ ਅੱਗੋਂ ਕੈਰੀ ਕਰਨੇ ਨੇ। ਕੁਛ ਡਿਜ਼ਾਇਨ ਦੇ ਵਿੱਚ ਬੱਚਿਆਂ ਦੇ ਵੀ ਹੈ ਨੇ, ਛੋਟੀਆਂ ਬੱਚੀਆਂ ਦੇ ਵੀ ਆਲ ਓਵਰ ਡਿਜ਼ਾਇਨ ਹੈ ਨੇ। ਅਤੇ ਮੈਂ ਬੋਲ ਬੋਲ ਕੇ ਖੱਪ ਚੱਲੀ ਹਾਂ ਅਤੇ ਸਾਹ ਵੀ ਨਹੀਂ ਲੈ ਰਹੀ, ਥੋੜ੍ਹਾ ਜਿਹਾ ਮੈਂ ਸਾਹ ਲੈ ਲਵਾਂ ਅਤੇ ਸਾਹ ਲੈਣ ਤੋਂ ਬਾਅਦ ਮੈਂ ਇਹ ਤੁਹਾਨੂੰ ਕਹਿਣਾ ਹੈ ਕਿ ਜਨਾਬ ਆ ਮੇਰੀ ਵੀਡੀਓ ਨੂੰ ਲਾਈਕ ਦੇਵੋ, ਸਬਸਕ੍ਰਾਈਬ ਕਰਿਆ ਜੇ, ਨੀਵੇਂ ਨੀਵੇਂ ਲੋਕ ਵੇਖ ਕੇ ਨਿਕਲਣਾ ਜਾਵੇ ਜੇ, ਸਕਰੀਨਸ਼ਾਟ ਲੈ ਲਵਿਆ ਜੇ ਯਾਦ ਨਾਲ ਔਰ ਡਿਜ਼ਾਇਨ ਸੇਵ ਵੀ ਕਰ ਲਿਆ ਜੇ, ਫਿਰ ਤੁਹਾਨੂੰ ਜ਼ਰੂਰਤ ਪਵੇ ਦੀ। ਤਕਰੀਬਨ 140-142 ਯਾਨੀ 141 ਜਾਂ 142 ਡਿਜ਼ਾਇਨ ਨੇ ਅਤੇ ਜਿਨ੍ਹਾਂ ਨੂੰ ਕਿ ਤੁਸੀਂ ਅਕਾਊਂਟ ਵੀ ਕਰ ਸਕਦੇ ਹੋ ਕਿ ਮੈਂ ਕਿਧਰੇ ਗਲਤ ਨਹੀਂ ਬੋਲ ਰਹੀ, ਔਰ ਅਕਾਊਂਟ ਕਰਕੇ ਦੱਸੋ ਹਾਂ ਕਿ ਭਈਆ ਵਾਕਈ ਮੈਂ ਜੋ ਬੋਲਿਆ ਸੱਚ, ਅਤੇ ਜ਼ਰਾ ਆ ਜਾਓ ਹਾਂ ਕਮੈਂਟ 'ਤੇ, ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਹੋਰ ਕੈਸੇ ਕੈਸੇ ਡਿਜ਼ਾਇਨ ਪਸੰਦ ਨੇ ਜਾਂ ਅਸੀਂ ਉਸ ਟਾਈਪ ਡਿਜ਼ਾਇਨ ਲੈ ਕੇ ਆ ਗਏ। ਕੋਸ਼ਿਸ਼ ਤਾਂ ਇਹ ਵੀ ਕੀਤੀ ਹੈ ਕਿ ਛੱਡੀਏ ਕੋਈ ਨਾ ਇਸ ਆਲ ਓਵਰ ਡਿਜ਼ਾਇਨਿੰਗ ਵਿੱਚ, ਜਿੰਨੀਆਂ ਵੀ ਤਕਰੀਬਨ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਡਿਜ਼ਾਇਨਿੰਗ ਹੋਈ ਤੁਹਾਨੂੰ ਆ ਛੱਡੀਏ, ਤਾਂ ਕਿ ਤੁਹਾਨੂੰ ਡਰੈਸ ਚੂਜ਼ ਕਰਨ ਤਿਆਰ ਕਰਨ ਵਿੱਚ ਕੋਈ ਮਸਲਾ ਨਾ ਹੋਵੇ। ਆਪਣੇ ਟੇਲਰ ਕੋਲ ਜਾਓ ਅਤੇ ਡਿਮਾਂਡ ਕਰਕੇ ਐਸੇ ਹੀ ਡਿਜ਼ਾਇਨ ਤੁਸੀਂ ਤਿਆਰ ਕਰਵਾਇਆ ਜੇ, ਬੜੇ ਹੀ ਖੂਬਸੂਰਤ ਦਿੰਦੇ, ਮੁਸ਼ਕਲ ਵੀ ਕੋਈ ਨਹੀਂ ਜੇ ਖੁਦ ਤਿਆਰ ਕਰ ਸਕਦੇ ਹੋ ਤਾਂ ਫਿਰ ਤਾਂ ਬੱਲੇ ਬੱਲੇ, ਔਰ ਅਗਰ ਨਹੀਂ ਕਰ ਸਕਦੇ ਤਾਂ ਚਲੋ ਕੋਈ ਨਹੀਂ, ਫਿਰ ਕੀ ਹੋਇਆ, ਅਤੇ ਟੇਲਰ ਤਾਂ ਹੈ ਨਹੀਂ ਨਾ ਫਿਰ ਇਸੇ ਵਾਸਤੇ ਨਹੀਂ। ਅਤੇ ਔਰ ਤੁਸੀਂ ਆਪਣੇ ਚੈਨਲ ਨੂੰ ਲਾਈਕ, ਫਿਰ ਮੈਂ ਕਹਿ ਰਹੀ ਹਾਂ ਲਾਈਕ ਔਰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਵੀਡੀਓ ਨੂੰ, ਅਤੇ ਇਹ ਸਾਡੇ ਆਪਣਾ ਇਹੀ ਸਾਡਾ ਅਵਾਰਡ ਹੈ, ਇਹੀ ਸਾਡੀ ਮਤਲਬ ਸ਼ਾਬਾਸ਼ੀ ਹੈ, ਅਤੇ ਚੈਨਲ ਦੀ ਜ਼ਰਾ ਸ਼ੋਸ਼ਾ ਵੱਧ ਜਾਂਦੀ ਹੈ ਸਬਸਕ੍ਰਾਈਬਰ ਨਾਲ, ਹੋਰ ਸਬਸਕ੍ਰਾਈਬਰ ਦਾ ਸਾਨੂੰ ਮੁਆਵਜ਼ਾ ਕੋਈ ਨਹੀਂ ਮਿਲਦਾ। ਚੈਨਲ ਦੇ ਸਬਸਕ੍ਰਾਈਬਰ ਦਾ ਇਹੀ ਹੁੰਦਾ ਹੈ ਕਿ ਮਤਲਬ ਜ਼ਰਾ ਕੋਈ ਬੱਲੇ ਬੱਲੇ ਜੀ ਹੋ ਜਾਂਦੀ ਹੈ, ਚੈਨਲ 'ਤੇ ਰੌਣਕ ਜੀ ਲੱਗ ਜਾਂਦੀ ਹੈ, ਔਰ ਲਾਈਕ ਨਾਲ ਵੀ ਆਪਣਾ ਸ਼ੋਸ਼ਾ ਵੱਧ ਜਾਂਦੀ ਹੈ ਆਪਣੇ ਚੈਨਲ ਦੀ, ਵਰਨਾ ਸਾਨੂੰ ਵਿਊਜ਼ ਦਾ ਜ਼ਿਆਦਾ ਫਾਇਦਾ ਰਹਿੰਦਾ ਵੇ। ਅਤੇ ਇਹ ਵੀਡੀਓ ਤੁਹਾਡੀ ਹੈ, ਤੁਹਾਡੀ ਆਪਣੀ ਵੀਡੀਓ ਵੇ, ਅੱਗੋਂ ਆਪਣਾ ਕੋਸ਼ਿਸ਼ ਇਹ ਕਰਨੀ ਹੈ ਕਿ ਅੱਜ ਤੋਂ ਬਾਅਦ ਵੀਡੀਓ ਜਿਹੜੀ ਅਸੀਂ ਬਣਾਵੀਏ 2 ਦਿਨ ਵਿੱਚ, ਇੱਕ ਰਾਤ ਨੂੰ 8 ਵਜੇ ਵੀ ਸਾਡੀ ਵੀਡੀਓ ਅਪਲੋਡ ਹੋਵੇ ਕਰੇਗੀ, ਇੱਕ ਦਿਨ 1:30 ਦੇ, ਲੇਕਿਨ ਇਹ ਵੀਡੀਓ ਥੋੜ੍ਹੀ ਕੁ ਤੁਹਾਨੂੰ ਲੇਟ ਮਿਲੇਗੀ, ਬਣਾਉਣ 'ਚ ਵੀ ਲੇਟ ਹੋ ਗਿਆ, ਥੋੜ੍ਹੀ ਜਿਹੀ ਮੇਰੀ ਮਸਰੂਫ ਹੀ ਅਸੀਂ ਜੀ ਦੀ ਵਜ੍ਹਾ ਤੋਂ ਨਾ ਮੈਂ ਵੀਡੀਓ ਆਪਣੇ ਪੂਰੇ ਟਾਈਮ 'ਤੇ ਅੱਜ ਨਹੀਂ ਦੇ ਪਾ ਰਹੀ, ਇਹਦੇ ਵਾਸਤੇ ਮਾਜ਼ਰਤ ਚਾਹੁੰਦੀ ਹਾਂ, ਲੇਕਿਨ ਤੁਹਾਨੂੰ ਮਿਲ ਜਾਵੇਗੀ ਇਨਸ਼ਾਅੱਲਾ। ਚਲੋ ਤੁਹਾਡੇ ਵੇਖਣ ਦਾ ਬੜਾ ਸ਼ੁਕਰੀਆ, ਅਤੇ ਮੈਂ ਤੁਹਾਡੇ ਕੋਲ ਲੈਣ ਲੱਗੀ ਹਾਂ ਇਜਾਜ਼ਤ, ਅਤੇ ਵੀਡੀਓ ਤੁਹਾਡੇ ਹਵਾਲੇ ਕਰਨ ਲੱਗੀ ਹਾਂ, ਹਵਾਲੇ ਕਰਨ ਲੱਗੀ ਹਾਂ, ਇਹਨੂੰ ਵੇਖਦਿਆਂ ਰਹਿਣਾ ਜੇ, ਪੂਰੀ ਵੇਖ ਕੇ ਜਾਇਆ ਜੇ, ਅੱਲਾ ਹਾਫਿਜ਼।